बटाला के दो खिलाड़ी गुरमीत सिंह और रोहित कुमार, जिन्होंने बटाला को पूरे देश में प्रसिद्ध किया और गोवा में आयोजित राष्ट्रीय चैंपियनशिप में भाग लेते हुए किक बॉक्सिंग में स्वर्ण पदक जीते। जब खिलाड़ी आज बटाला लौटे, बटाला के लोगों ने उनका गर्मजोशी से स्वागत किया। साथ ही इस अवसर पर विजेता खिलाड़ियों ने कहा कि उन्हें खुशी है कि उन्होंने राष्ट्रीय खेलों में स्वर्ण पदक जीता है और उन्होंने भगवान को धन्यवाद दिया और कहा कि इस उपलब्धि के पीछे भगवान, परिवार और कोच का आशीर्वाद है। आज उनके और उनके कोच की कड़ी मेहनत है भुगतान किया है कि अब उसका लक्ष्य देश के लिए उच्च स्तर तक पहुँचना है। मैं बहुत खुश हाँ जी, मेरा नेशनल जो गोल्ड है किक बॉक्सिंग का, अब -71 ਦੇ ਵਿੱਚ ਅੱਜ ਸਵਾਗਤ ਕੀਤਾ ਗਿਆ ਕਿਦਾਂ ਹੋਇਆ? ਬਹੁਤ ਵਧੀਆ ਸਵਾਗਤ ਕੀਤਾ ਗਿਆ ਜੀ ਕੋਚ ਸਾਹਿਬ ਜੀ, ਵੀ ਮਿਲਣ ਦੇ ਲਈ ਕੋਚ ਸਾਹਿਬ, ਤੇ ਬਹੁਤ ਵਧੀਆ ਪਿੰਡ ਵੱਲੋਂ ਵੀ ਬਹੁਤ ਸਹਿਯੋਗ ਮਿਲਿਆ ਜੀ। ਰੋਹਿਤ ਹੈ ਜੀ ਨਾਮ। ਰੋਹਿਤ ਜੀ ਅੱਜ ਸਵਾਗਤ ਕੀਤਾ ਜਾ ਰਿਹਾ, ਕਿੱਦਾਂ ਦਾ ਲੱਗ ਰਿਹਾ? ਬਹੁਤ ਵਧੀਆ ਲੱਗ ਰਿਹਾ, ਗੋਲਡ ਮੈਡਲ ਨੈਸ਼ਨਲ ਜੋ ਗੋਲਡ ਹੈ ਬਹੁਤ ਖੁਸ਼ੀ ਹੋ ਰਹੀ ਹੈ। ਤੇਰਾ ਨੈਸ਼ਨਲ ਤਾਂ ਕਰਕੇ ਪੱਕਾ ਮਾਹੌਲ ਹੈ ਜੀ, ਬਹੁਤ ਖੁਸ਼ੀ ਹੋ ਰਹੀ ਹੈ। ਢੋਲ ਵੱਜਣ ਡੇ, ਢੋਲ ਵੱਜਣ ਡੇ ਆ, ਬਹੁਤ ਵਧੀਆ ਲੱਗ ਰਿਹਾ। ਸਟੇਟ ਚੈਂਪੀਅਨਸ਼ਿਪ ਆਪਣੀ ਮਾਨਸਾ ਵਿਖੇ ਜਿਹਦੇ ਵਿੱਚੋਂ ਸਿਲੈਕਸ਼ਨ ਕੀਤੀ ਗਈ ਆ ਔਲ ਇੰਡੀਆ ਦੀ ਨੈਸ਼ਨਲ ਗੇਮਾਂ ਵਾਸਤੇ। ਨੈਸ਼ਨਲ ਚੈਂਪੀਅਨਸ਼ਿਪ ਹੋਈ ਆ ਗੋਆ ਦੇ ਵਿੱਚ, ਉਹਦੇ ਵਿੱਚ ਲੜਕੇ ਦੋਨਾਂ ਦਾ ਗੋਲਡ ਮੈਡਲ ਪਿਆ। ਸਾਡੇ ਪੰਜਾਬ ਦੇ ਵਿੱਚ ਦੋ ਹੀ ਲੜਕੇ ਗੋਲਡ ਮੈਡਲ ਜਿੱਤ ਕੇ ਆਏ ਆ ਔਰ ਬੜੀ ਖੁਸ਼ੀ ਦੀ ਗੱਲ ਆ। ਔਰ ਉਵੇਂ ਸਮੇਂ ਦੇ ਵਿੱਚ ਨੌਜਵਾਨਾਂ ਨੂੰ ਬੜੀ ਵੱਡੀ ਸੇਧ ਆ ਕਿ ਤੁਸੀਂ ਗਲਤ ਰਹਿਣ ਦੇ ਜਿਹੜੇ ਚੱਲ ਰਹੇ ਨੌਜਵਾਨ ਉਹਨਾਂ ਚੀਜ਼ਾਂ ਛੱਡ ਕੇ ਅਤੇ ਮਤਲਬ ਸਾਨੂੰ ਗੇਮਾਂ 'ਚ ਜਾਣਾ ਚਾਹੀਦਾ। ਅਸੀਂ ਕਿਸੇ ਨੂੰ ਦੋਸ਼ ਦੇਣ ਤੋਂ ਪਹਿਲਾਂ ਅਸੀਂ ਖੁਸ਼ੀ ਅਸੀਂ ਆਪ ਕਰਦੇ ਹਾਂ, ਜ਼ਿਆਦਾਤਰ ਮੁੰਡੇ ਆਪ ਗਲਤ ਲਾਈਨਾਂ 'ਚ ਚਲੀ ਜਾਂਦੇ ਹਾਂ। ਔਰ ਲੇਕਿਨ ਦੇਖੋ ਜੀ, ਜਿਹੜੇ ਗੇਮ ਪਤਾ ਕਰ ਲਿਆ ਉਹਦੀ ਵੈਸੇ ਹੀ ਸਾਰੇ ਪੱਖੋਂ ਲਾਈਫ ਦੇ ਵਿੱਚ ਕੋਈ ਮੇਰੇ ਸਾਰਾ ਪ੍ਰੋਬਲਮ ਨਹੀਂ ਆਊ। ਇੱਕ ਲੜਕੇ ਦਾ ਹੈਗਾ ਜੀ ਪਿੰਡ ਹਫਸੀ ਤੋਂ ਆ ਔਰ ਇੱਕ ਬਟਾਲੇ ਤੋਂ। ਮਿਹਨਤ ਜੀ ਬਹੁਤ ਕਰਨੀ ਪੈਂਦੀ ਹੈ ਜੀ, ਚੰਗੇ ਕੰਮ ਦੀ ਮਿਹਨਤ ਕਾਫੀ ਕਰਨੀ ਪੈਂਦੀ ਹੈ। ਲੇਕਿਨ ਸਪੋਰਟਸ 'ਚ ਮੈਂ ਇਹ ਗੱਲ ਕਹੂੰਗਾ, ਬਹੁਤ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ ਲੇਕਿਨ ਮਿਹਨਤ ਦਾ ਫਲ ਹੈਗਾ, ਜਿਹਨੇ ਸੱਚੀ ਮਿਹਨਤ ਕਰ ਰਹੇ ਨੇ ਫਲ ਮਿਲਣਾ। ਆਮ ਜ਼ਿਆਦਾਤਰ ਕਈ ਪਲੇਅਰ ਗਲਤ ਚੀਜ਼ ਵਰਤੋਂ ਕਰਦੇ ਖੇਡਣ ਦੀ ਕੋਸ਼ਿਸ਼ ਕਰਦੇ, ਲੇਕਿਨ ਸਾਡੇ ਪਲੇਅਰ ਜਿਹੜੇ ਬਿਲਕੁਲ ਨਵੇਂ ਬੱਚੇ ਆ, ਕੋਈ ਇਹਨਾਂ ਨੂੰ ਇਹ ਤਰ੍ਹਾਂ ਦਾ ਕੋਈ ਗਲਤ ਵਰਤੋਂ ਨਹੀਂ ਆ, ਬਿਲਕੁਲ ਜ਼ਰੂਰ ਆਪਣੀ ਬਲਬੂਤੇ ਨੇ ਖੇਡ ਕੇ ਜਿੱਤ ਕੇ ਆਇਆ। ਨੌਜਵਾਨਾਂ ਦੀ ਸਭ ਤੋਂ ਵੱਡੀ ਮੈਸੇਜ ਇਹੋ, ਇਹਨਾਂ ਨੂੰ ਵੇਖ ਕੇ ਗਾਹਾਂ ਗੇਮਾਂ 'ਚ ਜਾਣਾ ਚਾਹੀਦਾ, ਆਪਣੇ ਨਸ਼ੇ ਪਾਸੇ ਦੂਰ ਰਹਿਣਾ ਚਾਹੀਦਾ ਔਰ ਲਾਈਫ ਜਿਹੜੀ ਆ ਤੁਹਾਡੇ ਅੱਗੇ ਆ, ਖੇਡਣਾ ਵੈਸੇ ਜ਼ਿੰਦਗੀ ਲਈ ਬਹੁਤ ਵਧੀਆ ਚੰਗੀ ਗੱਲ ਆ। ਜੇ ਸਾਨੂੰ ਕੋਈ ਬੈਨੀਫਿਟ ਮਿਲਦਾ ਵਾ ਤਾਂ ਵੀ ਵਧੀਆ ਗੱਲ, ਜੇ ਨਹੀਂ ਵੀ ਮਿਲਦਾ ਤਾਂ ਅਸੀਂ ਢੋਰੇ ਕਿਸੇ ਨੂੰ ਮਾਰ ਦੇਣਾ, ਆਪਣੀ ਲਾਈਫ 'ਚ ਚੱਲ ਜਾਣਾ। ਮੇਰਾ ਨਾਮ ਸ਼ਫੀ ਮਿਸੀ ਆ ਜੀ, ਅਸੀਂ ਈਸਾ ਨਗਰ ਬਟਾਲਾ ਸ਼ਹਿਰ ਦੇ ਰਹਿਣ ਵਾਲੇ ਹਾਂ। ਮੇਰੇ ਬੇਟੇ ਦਾ ਨਾਮ ਰੋਹਿਤ ਆ, ਇਹ ਅੱਗੇ ਵੀ ਇੱਕ ਗੋਲਡ ਮੈਡਲ ਲੈ ਕੇ ਆਇਆ ਨੈਸ਼ਨਲ 'ਚੋਂ, ਆਹ ਦੂਜਾ ਗੋਲਡ ਮੈਡਲ ਲੈ ਕੇ ਆਇਆ ਜਿਹਦੇ 'ਚ ਬਹੁਤ ਵਧੀਆ ਸਾਨੂੰ ਲੱਗਾ ਵਾ। ਬਟਾਲੇ ਸ਼ਹਿਰ ਨੇ ਵੀ ਇਹਨੂੰ ਸਨਮਾਨਿਤ ਕੀਤਾ ਵਾ, ਬਹੁਤ ਧੰਨਵਾਦ ਕਰਦੇ ਹਾਂ ਇਹਨਾਂ ਦਾ ਵੀ, ਪਰਮੇਸ਼ੁਰ ਦਾ ਵੀ ਬਹੁਤ ਧੰਨਵਾਦ ਕਰਦੇ ਹਾਂ। ਘਰੋਂ ਤਾਂ ਠੀਕ ਹੀ ਆ ਜੀ, ਮੇਰੀ ਮੈਂ ਪੰਜਾਬ ਪੁਲਿਸ 'ਚ ਹਾਂ। ਮੈਂ ਤੁਹਾਨੂੰ ਕਿਹਾ ਵੀ ਜਿੰਨਾ ਵੀ ਤੂੰ ਗੇਮਾਂ ਦੇ ਵੱਲ ਧਿਆਨ ਦੇਣਾ ਦੇ ਸਕਦਾ ਵਾ, ਹੋਰ ਕਿਸੇ ਬੰਨੇ ਵੱਲ ਧਿਆਨ ਨਹੀਂ ਤੇਰਾ ਹੋਣਾ ਚਾਹੀਦਾ, ਗੇਮਾਂ ਵੱਲ ਹੀ ਧਿਆਨ ਹੋਣਾ ਚਾਹੀਦਾ। ਹਾਂਜੀ, ਇਹ ਤਾਂ ਮੈਂ ਪਰਮੇਸ਼ੁਰ 'ਤੇ ਸੁੱਟਿਆ ਜੀ, ਉਹੀ ਜੋ ਕਰ ਸਕਦੇ ਉਹੀ ਕਰ ਸਕਦੇ, ਅਸੀਂ ਕੁਛ ਨਹੀਂ ਕਰ ਸਕਦੇ, ਕਿਉਂਕਿ ਬੁੱਧੀ ਪਰਮੇਸ਼ੁਰ ਵੱਲੋਂ ਹੀ ਹੁੰਦੀ ਆ, ਇਨਸਾਨ ਵੱਲੋਂ ਕੋਈ ਬੁੱਧੀ ਨਹੀਂ ਹੁੰਦੀ।